ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਦੀ ਬਜਟ ਮੀਟਿੰਗ ਦੇ ਵਿਚ ਹਾਊਸ ਦੇ ਵੱਲੋਂ 25 ਕਰੋੜ ਦਾ ਬਜਟ ਪਾਸ ਕੀਤਾ ਗਿਆ, ਜਦੋਂ ਕਿ ਵਿਕਾਸ ਕੰਮਾਂ ਦੇ ਲਈ ਰੱਖੀ ਦੂਸਰੀ ਮੀਟਿੰਗ ਮੁੜ 6ਵੀਂ ਵਾਰ ਮੁਲਤਵੀ ਹੋ ਗਈ ਹੈ। ਮੀਟਿੰਗ ਦੇ ਵਿਚ ਵਿਧਾਇਕ ਅਤੇ ਕੌਂਸਲ ਦੇ 20 ਮੈਂਬਰਾਂ ਦੇ ਵਿਚੋਂ 19 ਮੈਂਬਰ ਸ਼ਾਮਿਲ ਹੋਏ। ਮੀਟਿੰਗ ਦੇ ਵਿਚ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਮੇਟੀ ਦੇ ਪ੍ਰਧਾਨ ਸ਼ੇਰ ਸਿੰਘ ਨੂੰ ਕਿਹਾ ਕਿ ਹਾਊਸ ਦੇ ਵਿਚ ਸ਼ਾਮਿਲ 12 ਮੈਂਬਰਾਂ ਨੇ ਉਨ੍ਹਾਂ ਦੇ ਵਿਚ ਬੇਭਰੋਸਗੀ ਜਤਾਈ ਹੈ ਅਤੇ ਅਪੀਲ ਕੀਤੀ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਤਾਂ ਜੋ ਸ਼ਹਿਰ ਦੇ ਵਿਕਾਸ ਕੰਮਾਂ ਦੇ ਵਿਚ ਤੇਜ਼ੀ ਲਿਆਂਦੀ ਜਾ ਸਕੇ। ਜਿਸ ਤੇ ਕੌਂਸਲ ਪ੍ਰਧਾਨ ਨੇ ਵਿਧਾਇਕ ਨੂੰ ਦੱਸਿਆ ਕਿ ਅੱਜ ਦੀ ਇਹ ਮੀਟਿੰਗ 25 ਜਨਵਰੀ 2018 ਦੇ ਏਜੰਡੇ ਨੂੰ ਲੈ ਕੇ ਬੁਲਾਈ ਗਈ ਹੈ ਕਿਉਂਕਿ 25 ਜਨਵਰੀ ਤੋਂ ਬਾਅਦ ਲਗਾਤਾਰ 5 ਮੀਟਿੰਗਾਂ ਮੁਲਤਵੀ ਹੋ ਚੁੱਕੀਆਂ ਨੇ ਅਤੇ ਕਿਹਾ ਗਿਆ ਕਿ ਕੌਂਸਲ ਨਿਯਮਾਂ ਦੇ ਅਨੁਸਾਰ ਆਊਟ ਆਫ ਏਜੰਡਾ ਕੋਈ ਵੀ ਮਤਾ ਮੀਟਿੰਗ ਦੇ ਵਿਚ ਨਹੀਂ ਪੇਸ਼ ਕੀਤਾ ਜਾ ਸਕਦਾ, ਪਰੰਤੂ ਬਾਵਜੂਦ ਇਸ ਦੇ ਵਿਧਾਇਕ ਅਤੇ ਮੈਂਬਰਾਂ ਦੇ ਵੱਲੋਂ ਕਾਰਵਾਈ ਰਜਿਸਟਰ ਦੇ ਵਿਚ ਦਰਜ ਕਰਵਾਇਆ ਗਿਆ ਕਿ ਪ੍ਰਧਾਨ ਆਪਣਾ ਬਹੁਮਤ ਖੋ ਚੁੱਕੇ ਨੇ। ਇਸ ਮੌਕੇ ਦੇ ਉੱਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਪਦਰੀਆ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮੀਟਿੰਗ ਦੇ ਵਿਚ ਕੋਈ ਵੀ ਆਊਟ ਆਫ ਏਜੰਡਾ ਨਹੀਂ ਪੇਸ਼ ਕੀਤਾ ਗਿਆ, ਪਰ ਵਿਧਾਇਕ ਅਤੇ ਕੁਝ ਮੈਂਬਰਾਂ ਦੇ ਵੱਲੋਂ ਕਾਰਵਾਈ ਰਜਿਸਟਰ ਦੇ ਵਿਚ ਇਹ ਜ਼ਰੂਰ ਲਿਖਵਾਇਆ ਗਿਆ ਕਿ ਪ੍ਰਧਾਨ ਆਪਣਾ ਬਹੁਮਤ ਖੋ ਚੁੱਕੇ ਨੇ, ਜਿਸ ਦਾ ਮੈਂਬਰਾਂ ਨੂੰ ਲਿਖਾਉਣ ਦਾ ਹੱਕ ਹੈ। ਅੱਜ ਦੀ ਮੀਟਿੰਗ ਮਿਤੀ 16/5/2018 ਲਈ ਉਸ ਏਜੰਡੇ 'ਤੇ ਬਹੁਸੰਮਤੀ ਮੀਟਿੰਗ ਵਿੱਚ ਮੌਜੂਦ ਬਹੁਸੰਮਤੀ ਮੈਂਬਰਾਂ ਵੱਲੋਂ ਪੂਰਾ ਏਜੰਡਾ ਰੱਦ ਕਰਨ ਦੀ ਮਤਾ ਪ੍ਰਵਾਨ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੂੰ ਵੱਲੋਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਗਈ ਕਿ ਜਿਵੇਂ ਕਿ ਹਾਊਸ ਉਹਨਾਂ ਵਿੱਚ ਕੌਨਫੀਡੈਂਸ ਖੋ ਚੁੱਕਾ ਹੈ, ਇਸ ਕਰਕੇ ਉਹਨਾਂ ਨੂੰ ਆਪਣੇ ਪਦ ਤੋਂ ਅਸਤੀਫਾ ਦੇਣ ਦੀ ਬੇਨਤੀ ਕੀਤੀ ਗਈ, ਜਿਹੜਾ ਕਿ ਮੀਟਿੰਗ ਦੀ ਪ੍ਰੋਸੀਡਿੰਗ ਵਿੱਚ ਰਿਕਾਰਡ ਕੀਤਾ ਗਿਆ। ਉਹ ਸ਼ੇਰ ਸਿੰਘ ਜੀ ਕਹਿੰਦੇ ਆਊਟ ਆਫ ਏਜੰਡਾ ਥਾ, ਵੀ ਇਹ ਮੀਟਿੰਗ 'ਚ ਨਹੀਂ ਰੱਖਿਆ ਜਾ ਸਕਦਾ ਸੀ, ਕੋਈ ਏਜੰਡਾ ਆਈਟਮ ਨਵੀਂ ਨਹੀਂ ਬਣਾਈ ਗਈ, ਏਜੰਡੇ ਦੇ ਉੱਪਰ ਹੀ ਗੱਲ ਲਿਖਦੇ ਹੋਏ ਇਹ ਬਹੁਸੰਮਤੀ ਮੈਂਬਰ ਚਾਹੁਣ ਆਪਾਂ ਮੈਂਬਰ ਆਪਣਾ ਰਿਕਾਰਡ ਕਰਾ ਸਕਦਾ ਪ੍ਰੋਸੀਡਿੰਗ 'ਚ, ਕੋਈ ਗੱਲ ਜੇ ਕਹਿਣਾ ਚਾਹੇ ਕੋਈ ਵੀ ਮੰਨ ਲਓ ਮਤ ਹੈ ਕੋਈ ਵੀ ਚੀਜ਼ ਹੈ ਉਸ 'ਤੇ ਕੋਈ ਰਾਜੀ ਨਾਰਾਜੀ ਉਹ ਆਪਣਾ ਰਾਏ ਦੇ ਸਕਦਾ ਆਪਣੀ ਪ੍ਰੋਸੀਡਿੰਗ ਨੂੰ, ਜਿਹੜੇ ਮੈਂਬਰ ਹੈ ਹਾਊਸ ਦੇ ਡੈਮੋਕ੍ਰੈਟਿਕ ਵੇ ਨਾਲ ਇਲੈਕਟ ਹੋਏ ਹੋਏ ਅਤੇ ਉਸ 'ਚ ਰੱਦ ਕਰਦੇ ਹੋਏ ਲਿਖਿਆ ਗਿਆ ਕਿ ਕਿਉਂਕਿ ਪ੍ਰਧਾਨ ਜੀ ਕਾਰਨ ਲਿਖਿਆ ਗਿਆ ਵੀ ਇਹਨਾਂ ਦੇ ਬੇਭਰੋਸਗੀ ਹੈ। ਅੱਜ ਨਗਰ ਕੌਂਸਲ ਦੀਆਂ ਸਾਡੀਆਂ 2 ਮੀਟਿੰਗਾਂ ਸੀ, ਇੱਕ ਬਜਟ ਮੀਟਿੰਗ ਸੀ, ਇੱਕ ਸਧਾਰਨ ਮੀਟਿੰਗ ਸੀ। ਪਹਿਲਾਂ ਬਜਟ ਮੀਟਿੰਗ ਰੱਖੀ ਗਈ ਸੀ, ਬਜਟ ਮੀਟਿੰਗ ਜਿਹੜੀ ਸਰਬਸੰਮਤੀ ਨਾਲ ਸਾਡਾ ਸਾਰਾ ਬਜਟ ਜਿਹੜਾ 25 ਕਰੋੜ ਰੁਪਏ ਦਾ ਪਾਸ ਹੋ ਗਿਆ ਸਾਲ ਦਾ, ਜਿਹੜਾ 18/2018-19 ਦਾ। ਲੇਕਿਨ ਜਦੋਂ ਅਸੀਂ ਸਧਾਰਨ ਮੀਟਿੰਗ ਸ਼ੁਰੂ ਕੀਤੀ, ਇਹ ਸਧਾਰਨ ਮੀਟਿੰਗ ਮੁਲਤਵੀ ਮੀਟਿੰਗ ਸੀ, ਪਿਛਲੀ ਮੀਟਿੰਗ ਮੁਲਤਵੀ ਹੋਈ ਸੀ ਅਤੇ ਅਸੀਂ ਜਦੋਂ ਸ਼ੁਰੂ ਕੀਤੀ MLA ਨੇ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਸਾਨੂੰ ਪ੍ਰਧਾਨ 'ਚ ਵਿਸ਼ਵਾਸ ਨਹੀਂ ਹੈ। ਮੈਂ ਉਹਨਾਂ ਨੂੰ ਕਿਹਾ ਤੁਸੀਂ ਵਿਸ਼ਵਾਸ ਮਤਾ ਲਿਓ, ਲੇਕਿਨ ਉਹਨਾਂ ਨੇ 12 ਮੈਂਬਰਾਂ ਨੇ ਸਮੇਤ MLA 12 ਬੰਦਿਆਂ ਨੇ ਕਿਹਾ ਵੀ ਅਸੀਂ ਏਜੰਡੇ ਨੂੰ ਰੱਦ ਕਰਦੇ ਹਾਂ। ਲੇਕਿਨ ਉਹਦੇ ਵਿੱਚੋਂ ਲਿਖਿਆ ਉਹਨਾਂ ਨੇ ਵੀ ਲਿਖਾਇਆ ਵੀ ਅਸੀਂ ਪ੍ਰਧਾਨ ਦਾ ਅਸਤੀਫਾ ਦੇਵੇ, ਲੇਕਿਨ ਮੈਂ ਉਹਨਾਂ ਦੀ ਇਹ ਮੰਗ ਰੱਦ ਕਰਤੀ ਆਪਣੇ ਅਧਿਕਾਰਾਂ ਦੇ ਨਾਲ, ਕਿਉਂਕਿ ਜਿਹੜੀ ਸਧਾਰਨ ਮੀਟਿੰਗ ਹੈ ਮੁਲਤਵੀ ਮੀਟਿੰਗ ਹੈ ਕੋਈ ਵੀ ਉਹਦੇ ਵਿੱਚ ਕੋਈ ਆਊਟ ਆਫ ਏਜੰਡਾ ਨਹੀਂ ਵਿਚਾਰਿਆ ਜਾ ਸਕਦਾ, ਇਹ ਆਊਟ ਆਫ ਏਜੰਡਾ ਆਈਟਮ ਸੀ। ਅਤੇ ਇਹਦਾ ਕਾਰਨ ਇਹ ਹੈ ਵੀ ਇੱਕ 12/3 ਨੂੰ ਅਸੀਂ ਮੀਟਿੰਗ ਕੀਤੀ ਸੀ ਸਪੈਸ਼ਲ ਮੀਟਿੰਗ ਮੈਂਬਰਾਂ ਦੀ ਮੰਗ 'ਤੇ ਕਿ ਇੱਥੇ ਇੱਕ ਨਜਾਇਜ਼ ਕਬਜ਼ਾ ਕਰਵਾਇਆ ਗਿਆ ਸੀ ਇੱਕ ਸਾਬਕਾ ਕਾਰਜ ਸਾਧਕ ਅਫਸਰ ਵੱਲੋਂ, ਉਹ ਉਸ ਨਜਾਇਜ਼ ਕਬਜ਼ੇ ਦੇ ਸੰਬੰਧੀ ਮੈਂਬਰਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਸੀ, ਉਹਦੇ ਸੰਬੰਧੀ 11 ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਇੱਕ ਮੀਟਿੰਗ ਪਾਸ ਕੀਤੀ ਸੀ ਵੀ ਇਹ ਜਿਹੜੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਇਹ ਨਜਾਇਜ਼ ਕਬਜ਼ਾ ਕਰਾਇਆ ਜਾਂ ਜਿਨ੍ਹਾਂ ਨੇ ਨਜਾਇਜ਼ ਨਕਸ਼ਾ ਪਾਸ ਕੀਤਾ ਬਿਨਾਂ ਕਾਗਜ਼ਾਂ ਤੋਂ
ਉਹਨਾਂ ਨੂੰ ਉਹਨਾਂ 'ਤੇ ਸਰਕਾਰ ਨੂੰ ਅਸੀਂ ਲਿਖਿਆ ਤਾ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇੱਦਾਂ ਦੀ ਅਣਗਹਿਲੀ ਨਾ ਹੋਵੇ। ਉਸ ਚੀਜ਼ ਨੂੰ ਇਹ ਕਵਰ ਕਰਨ ਵਾਸਤੇ ਇਹ ਇਹਨਾਂ ਨੇ ਜਿਹੜਾ ਅੱਜ ਐਡਾ ਮੁੜੰਬਰ ਰੱਖਿਆ ਕਾਂਗਰਸੀਆਂ ਨੇ। ਸੋ ਮੈਂ ਪ੍ਰਧਾਨ ਦੀਆਂ ਪਾਵਰਾਂ ਵਰਤਦਾ ਹੋਇਆ ਉਹਨਾਂ ਦੀ ਜਿਹੜੀ ਮੰਗ ਸੀ ਉਹਨੂੰ ਖਾਰਜ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਭੱਟ ਦੀ ਰਿਪੋਰਟ।